ਸੌਣ ਦੇ ਮਹੀਨੇ ਵਿੱਚ ਜਿੱਥੇ ਸੱਜ ਵਿਆਹੀਆਂ ਨੂੰ ਪੇਕੇ ਜਾਣ ਦਾ ਚਾਅ ਹੁੰਦਾ ਹੈ, ਉੱਥੇ ਵੱਡੀਆਂ ਬਜ਼ੁਰਗਾਂ ਨੂੰ ਵੀ ਆਪਣੀਆਂ ਧੀਆਂ ਦੇ ਆਉਣ ਦਾ ਓਨਾ ਹੀ ਚਾਅ ਹੁੰਦਾ ਹੈ। ਕਿਉਂਕਿ ਇਸ ਦਿਨ ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਪਿੱਪਲਾਂ 'ਤੇ ਪੀਂਘਾਂ ਪਾਉਂਦੀਆਂ ਹਨ ਅਤੇ ਖੂਬ ਇੰਜੋਏ ਕਰਦੀਆਂ ਹਨ। ਪਰ ਅੱਜ ਕੱਲ੍ਹ ਪਿੱਪਲਾਂ ਨਾ ਤਾਂ ਪਿੱਪੜ ਰਹੇ ਅਤੇ ਨਾ ਹੀ ਪੀਂਘਾਂ ਰਹੀਆਂ, ਕਿਉਂਕਿ ਅੱਜ ਕੱਲ੍ਹ ਤਾਂ ਸਿਰਫ ਅੰਦਰ ਪੈਲਸਾਂ ਜਾਂ ਘਰਾਂ ਦੇ ਵਿੱਚ ਹੀ ਇਹ ਤੀਆਂ ਸਮਾਪਤ ਹੋ ਚੁੱਕੀਆਂ ਹਨ। ਅਤੇ ਅੱਜ ਰਾਮਾ ਮੰਡੀ ਦੇ ਪਿੰਕ ਪਰਲਜ ਗਰੁੱਪ ਵੱਲੋਂ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਦੇ ਨਾਲ ਮਨਾਇਆ ਗਿਆ, ਜਿੱਥੇ ਔਰਤਾਂ ਵੱਲੋਂ ਟੰਬੋਲਾ ਖੇਡਿਆ ਗਿਆ, ਔਰਤਾਂ ਵੱਲੋਂ ਗਿੱਧਾ ਭੰਗੜਾ ਅਤੇ ਖੂਬ ਫਨ ਕੀਤਾ ਗਿਆ। ਇਹ ਤਸਵੀਰ ਅਸੀਂ ਤੁਹਾਨੂੰ ਚਲੋ ਲਾਈਵ ਦਿਖਾਉਂਦੇ ਹਾਂ। ਰਾਮਾ ਮੰਡੀ ਦੇ ਪਿੰਕ ਪਰਲਜ ਗਰੁੱਪ ਵੱਲੋਂ ਤੀਆਂ ਦਾ ਤਿਉਹਾਰ ਇਸ ਤਰ੍ਹਾਂ ਕਦੋਂ
ਸਾਡੀਆਂ ਖਾਸ ਕਰਕੇ ਭੈਣਾਂ ਦੇ ਲਈ, ਬਜ਼ੁਰਗਾਂ ਦੇ ਲਈ ਅਤੇ ਛੋਟਿਆਂ ਦੇ ਵੱਡਿਆਂ ਦੇ ਲਈ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਵੀ ਨਵਾਂ ਬਣਿਆ ਗਰੁੱਪ ਆ ਸਾਡਾ ਜਿਹੜਾ ਪਿੰਕ ਪਲਸ ਗਰੁੱਪ ਹੈ, ਇਹਦੇ ਵੱਲੋਂ ਪਹਿਲਾ ਤੀਆਂ ਦਾ ਤਿਉਹਾਰ ਮਨਾਇਆ ਗਿਆ। ਉਸ ਤੀਆਂ ਦੇ ਤਿਉਹਾਰ ਵਿੱਚ ਬਹੁਤ ਹੀ ਇੰਜੋਏ ਕੀਤਾ ਗਿਆ ਸਾਰਿਆਂ ਵੱਲੋਂ। ਵੱਡਿਆਂ ਦਾ ਅਲੱਗ ਫੰਕਸ਼ਨ ਸੀ, ਛੋਟਿਆਂ ਦਾ ਅਲੱਗ ਫੰਕਸ਼ਨ ਸੀ, ਬੱਚਿਆਂ ਲਈ ਅਲੱਗ ਗੇਮਸ ਰੱਖੀਆਂ ਗਈਆਂ ਸੀ। ਤੰਬੋਲਾ ਬਹੁਤ ਹੀ ਬੜੇ ਸੋਹਣੇ ਢੰਗ ਨਾਲ ਖਿਲਾਇਆ ਗਿਆ, ਬਹੁਤ ਹੀ ਜ਼ੋਰ ਸ਼ੋਰ ਨਾਲ ਗਿੱਧਾ ਪਾਇਆ ਗਿਆ, ਗੇਮਸ ਬਹੁਤ ਜ਼ਿਆਦਾ ਅੱਛੀਆਂ ਸੀਗੀਆਂ, ਗਿਫਟ ਵੀ ਵੰਡੇ ਗਏ। ਇਹ ਲੇਡੀਜ਼ ਦੇ ਲਈ ਜਿਹੜਾ ਤਿਉਹਾਰ ਹੈ, ਇਹ ਸਪੈਸ਼ਲ ਤੀਜ ਦਾ ਮਨਾਇਆ ਜਾਂਦਾ। ਪੰਜਾਬ ਦੀ ਜਿਹੜੀ ਸਾਡੇ ਇੰਡੀਆ ਦੀ ਸੱਭਿਅਤਾ ਹੈ, ਇਹ ਤੀਜ ਦੇ ਵਿੱਚ ਹੀ ਹੈ। ਸਾਡੀਆਂ ਜਿੰਨੀਆਂ ਭੈਣਾਂ ਸੀ, ਬਜ਼ੁਰਗ ਸੀਗੇ, ਲੇਡੀਜ਼ ਸੀਗੀਆਂ, ਸਭ ਨੇ ਮਾਂਗ ਟਿੱਕਾ ਲਗਾਇਆ, ਸਾਰਿਆਂ ਨੇ ਫੁਲਕਾਰੀ ਪਹਿਨੀ। ਇਹ ਫੁਲਕਾਰੀ ਔਰ ਮਾਂਗ ਟਿੱਕਾ ਸਾਡੀ ਇਸ ਤੀਜ ਦਾ ਸਭ ਤੋਂ ਵੱਡਾ ਸੁਹਾਗ ਦੀ ਨਿਸ਼ਾਨੀ ਮੰਨੀ ਗਈ ਹੈ। ਮੈਂ ਆਪਣੇ ਵੱਲੋਂ, ਰਾਮਾ ਮੰਡੀ ਨਿਵਾਸੀਆਂ ਵੱਲੋਂ, ਬਜ਼ੁਰਗਾਂ ਵੱਲੋਂ, ਭੈਣਾਂ ਵੱਲੋਂ, ਸਾਰੇ ਮੰਡੀ ਨਿਵਾਸੀਆਂ ਨੂੰ ਇਹੀ ਅਰਦਾਸ ਕਰਦੀ ਹਾਂ ਕਿ ਸਾਨੂੰ ਇਹਨਾਂ ਦੇ ਤੀਆਂ ਦੇ ਵਿੱਚ ਮੌਕਾ ਦਿੱਤਾ ਜਾਵੇ, ਵੱਧ ਤੋਂ ਵੱਧ ਪਾਰਟੀਸਪੇਟ। ਦਾ ਨਾਮ ਹੈ ਦ ਪਿੰਕ ਪਰਲਸ ਗਰੁੱਪ। ਦ ਪਿੰਕ ਪਰਲਸ ਗਰੁੱਪ ਨੇ ਅੱਜ ਪਹਿਲਾ ਤੀਜ ਦਾ ਤਿਉਹਾਰ ਮਨਾਇਆ ਹੈ, ਬਹੁਤ ਧੂਮਧਾਮ ਨਾਲ ਮਨਾਇਆ ਹੈ। ਜੋ ਲੋਕ ਪੁਰਾਣੇ ਸੱਭਿਆਚਾਰ ਨੂੰ ਭੁੱਲ ਚੁੱਕੇ ਹਨ, ਉਸਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਅਸੀਂ ਬਹੁਤ ਗੇਮਸ ਖੇਲੀਆਂ, ਫਨ ਕੀਤਾ, ਸਾਰਿਆਂ ਨੇ ਗਿੱਧਾ ਪਾਇਆ। ਅਤੇ ਅੱਗੇ ਅਸੀਂ ਆਸ਼ਾ ਕਰਦੇ ਹਾਂ ਕਿ ਅੱਗੇ ਵੀ ਅਸੀਂ ਲੇਡੀਜ਼ ਇਕੱਠੇ ਹੋ ਕੇ ਫਨ ਕਰੀਏ, ਧੂਮਧਾਮ ਨਾਲ ਮਨਾਈਏ। ਅੱਜ ਸਾਡੇ ਗਰੁੱਪ ਦੀ ਪਿੰਕ ਪਰਲਸ ਨੇ ਆਹ ਤੀਜ ਦਾ ਫੰਕਸ਼ਨ ਔਰਗਨਾਈਜ਼ ਕੀਤਾ। ਅੱਜ ਅਸੀਂ ਪਹਿਲੇ ਦਿਨ ਆ ਸ਼ੁਰੂਆਤ ਕਰ ਰਹੇ ਹਾਂ, ਹਰ ਸਾਲ ਅਸੀਂ ਆਸ਼ਾ ਕਰਦੇ ਹਾਂ ਆਹੀ ਫੰਕਸ਼ਨ ਕਰਦੇ ਰਹੀਏ, ਪੰਜਾਬੀ ਸੱਭਿਆਚਾਰ ਨੂੰ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਅੱਜ ਕੱਲ੍ਹ ਸਭ ਕੁਝ ਭੁੱਲ ਚੁੱਕੇ ਹਨ ਲੋਕ। ਅੱਜ ਅਸੀਂ ਬਹੁਤ ਇੰਜੋਏ ਕੀਤਾ, ਗੇਮਸ ਖੇਲੇ, ਫਨ ਕੀਤਾ, ਗਿੱਧਾ ਪਾਇਆ, ਬੋਲੀਆਂ ਪਾਈਆਂ, ਸਭ 40-50 ਲੇਡੀਆਂ ਸੀ, ਲੇਡੀਜ਼ ਸੀ ਅਸੀਂ, ਅਤੇ ਸਭ ਨੇ ਬਹੁਤ ਇੰਜੋਏ ਕੀਤਾ। ਅੱਜ ਪਿੰਕਸ ਪਰਲਸ ਵੱਲੋਂ ਤੀਜ ਦਾ ਤਿਉਹਾਰ ਬੜੇ ਹੀ ਜੋਸ਼ੋ ਖਰੋਸ਼ ਨਾਲ ਸਾਡੇ ਗਰੁੱਪ ਮੈਂਬਰ ਔਰਗਨਾਈਜ਼ਰ ਸਾਵੀਆ ਐਂਡ ਸਿਲਕੀ ਇਹਨਾਂ ਦੇ ਗਰੁੱਪ ਮੈਂਬਰਸ ਦੁਆਰਾ ਬੜੇ ਹੀ ਜੋਸ਼ੋ ਖਰੋਸ਼ ਨਾਲ ਰਾਮਾ ਮੰਡੀ ਵਿੱਚ ਆਯੋਜਿਤ ਕੀਤਾ ਗਿਆ। ਅਤੇ ਆਸ਼ਾ ਕਰਦੇ ਹਾਂ ਅੱਗੇ ਵੀ ਇਸੇ ਜੋਸ਼ੋ ਖਰੋਸ਼ ਨਾਲ ਅਸੀਂ ਇਹ ਤਿਉਹਾਰ ਸੈਲੀਬ੍ਰੇਟ ਕਰਾਂਗੇ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਰੰਗਾਰੰਗ ਪ੍ਰੋਗਰਾਮ ਜਿਵੇਂ ਗਿੱਧਾ, ਤੰਬੋਲਾ ਔਰ ਫਨੀ ਆਈਟਮਸ ਸਾਡੇ ਗਰੁੱਪ ਵੱਲੋਂ ਕੀਤੀਆਂ ਗਈਆਂ ਅਤੇ ਸਭ ਨੇ ਹੀ ਬੜੇ ਹੀ ਜੋਸ਼ ਨਾਲ ਹਿੱਸਾ ਲਿੱਤਾ। ਅਤੇ ਆਸ਼ਾ ਕਰਦੇ ਹਾਂ ਅਤੇ ਅਸੀਂ ਅੱਗੇ ਵੀ ਇਸ ਟਾਈਮ 'ਤੇ ਇਹ ਪ੍ਰੋਗਰਾਮ ਆਯੋਜਿਤ ਕਰਦੇ ਰਹਾਂਗੇ। ਧੰਨਵਾਦ। ਇਹ ਤਿਉਹਾਰ ਮਨਾਉਣਾ ਬਹੁਤ ਅੱਛਾ ਲੱਗਾ, ਹਮੇ ਆਸ਼ਾ ਕਰਤੇ ਹੈ ਅਸੀਂ ਆਗੇ ਵੀ ਮਨਾਤੇ ਨੇ। ਹਮੇ ਆਜ ਫੁੱਲ ਮਸਤੀ ਕੀ, ਖੂਬ ਗੇਮ ਖੇਲੀ, ਖੂਬ ਸਭੀ ਮਿਲ ਕੇ ਗਿੱਧਾ ਡਾਲਾ ਔਰ ਬਹੁਤ ਹੀ ਅੱਛਾ ਹੀ ਹੈ, ਬਹੁਤ ਹੀ ਇੰਜੋਏ ਕੀਆ। ਆਸ਼ਾ ਆਗੇ ਹਮ ਸਭੀ ਐਸੇ ਹੀ ਇਕੱਠੇ ਹੋਤੇ ਰਹੇਂਗੇ। ਸਾਡਾ ਅੱਜ ਤੀਜ ਦਾ ਫੰਕਸ਼ਨ ਸ਼ੁਰੂਆਤ ਕਰ ਰਿਹਾ ਹੈ ਰਾਮਾ ਮੰਡੀ ਦੇ ਵਿੱਚ, ਅੱਜ ਪਹਿਲੇ ਦਿਨ ਇਹ ਸ਼ੁਰੂਆਤ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।